ਸਤਿ ਸ਼੍ਰੀ ਅਕਾਲ ਜੀ, ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਜਿਵੇਂ ਆਪਾਂ ਜਾਣਦੇ ਹਾਂ ਕਿ ਅਕਸਰ ਹੀ ਲੋਕਾਂ ਵੱਲੋਂ ਇਹ ਦੋਸ਼ ਲਾਏ ਜਾਂਦੇ ਆ ਕਿ ਬਹੁਤੇ ਲੀਡਰ ਵੋਟਾਂ ਲੈਣ ਤੋਂ ਬਾਅਦ ਦਿਖਾਈ ਨਹੀਂ ਦਿੰਦੇ ਜਾਂ ਝੂਠੇ ਵਾਅਦੇ ਕਰਦੇ ਆ, ਅਤੇ ਇਹ ਕਹਿ ਕੇ ਲੋਕ ਕਾਫੀ ਨਾਰਾਜ਼ਗੀ ਵੀ ਜ਼ਾਹਿਰ ਕਰਦੇ ਆ। ਪਰ ਸਿਆਣੇ ਕਹਿੰਦੇ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕੁਝ ਲੀਡਰ ਬਹੁਤ ਚੰਗੇ ਵੀ ਹੁੰਦੇ ਆ, ਜੋ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ, ਉਹਨਾਂ ਦੇ ਦੁੱਖ ਸੁੱਖ ਸੁਣਦੇ ਆ, ਅਤੇ ਲੋੜ ਪੈਣ 'ਤੇ ਲੋਕਾਂ ਦੀ ਮਦਦ ਵੀ ਕਰਦੇ ਆ। ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਵੀਡੀਓ ਆ MLA ਜਲਾਲਾਬਾਦ ਰਮਿੰਦਰ ਸਿੰਘ ਆਮਲਾ ਦੀ, ਜਿਨ੍ਹਾਂ ਨੇ ਇੱਕ ਬੱਚੀ ਦੀ ਮਦਦ ਕੀਤੀ ਜਦੋਂ ਉਹ ਆਪਣੀ ਕਾਰ ਵਿੱਚ ਸਵਾਰ ਹੋ ਕੇ ਰਸਤੇ ਵਿੱਚੋਂ ਲੰਘ ਰਹੇ ਸੀ। ਇੱਕ ਬੱਚੀ ਨੇ MLA ਸਾਹਿਬ ਨੂੰ ਰੋਕ ਕੇ ਕਿਹਾ ਕਿ ਮੇਰੇ ਕਾਲਜ ਦੀ ਫੀਸ ਕਰਕੇ ਮੇਰੇ 2 ਸਾਲ ਖਰਾਬ ਹੋ ਜਾਣਗੇ। ਸੋ MLA ਸਾਹਿਬ ਨੇ ਆਪਣਾ ਵੱਡਾ ਦਿਲ ਦਿਖਾਉਂਦੇ ਹੋਏ ਮੌਕੇ 'ਤੇ ਹੀ ਬੱਚੀ ਦੀ ਮਦਦ ਕੀਤੀ, ਉਸ ਨੂੰ ਪੈਸੇ ਦਿੱਤੇ, ਅਤੇ ਬੱਚੀ ਬਹੁਤ ਖੁਸ਼ ਹੋਈ। ਅਤੇ ਨਾਲ ਦੀ ਨਾਲ MLA ਸਾਹਿਬ ਨੇ ਇਹ ਵੀ ਕਿਹਾ ਕਿ ਬੇਟਾ ਆਪਣੀ ਪੜ੍ਹਾਈ ਵੱਲ ਜ਼ਰੂਰ ਧਿਆਨ ਦਿਓ। ਅਤੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਕਮੈਂਟ ਕੀਤੇ ਜਾ ਰਹੇ, ਅਤੇ MLA ਸਾਹਿਬ ਦੀ ਵਾਹਵਾ ਵੀ ਕੀਤੀ ਜਾ ਰਹੀ ਆ। ਇੱਕ ਵੀਰ ਲਿਖਦੇ ਆ ਕਮੈਂਟ ਵਿੱਚ, ਜੋ ਕੰਮ ਵਧੀਆ ਉਹਨੂੰ ਵਧੀਆ ਕਹਾਂਗੇ। ਨਾਲ ਦੀ ਨਾਲ ਇੱਕ ਹੋਰ ਕਮੈਂਟ ਆਇਆ, ਇਹ ਹੈ ਜਲਾਲਾਬਾਦ ਹਲਕੇ ਦੀ ਸ਼ਾਨ ਰਮਿੰਦਰ ਆਂਵਲਾ, ਜੱਦੀ ਪੁਸ਼ਤੀ ਬਾਦਸ਼ਾਹ ਬੰਦਾ। ਫਿਰ ਕਮੈਂਟ ਆਇਆ, ਅਜਿਹੇ ਇਨਸਾਨ ਕਿਸੇ ਵੀ ਪਾਰਟੀ ਵਿੱਚ ਹੋਣ ਸਿਫਤ ਕਰਨੀ ਬਣਦੀ ਆ, ਬਹੁਤ ਵਧੀਆ ਕੀਤਾ MLA ਸਾਹਿਬ। ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਮੈਂਟ ਆ ਚੁੱਕੇ ਆ। ਕੁਝ ਹੋਰ ਕਮੈਂਟ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਜੋ ਲੋਕਾਂ ਨੇ ਇਸ MLA ਦੀ ਸ਼ਾਨ ਦੇ ਵਿੱਚ ਲਿਖੇ ਆ। ਵੀਰ ਜੀ, ਜਦ ਇਹ ਬੱਚੀਆਂ ਨੇ ਪੜ੍ਹ ਕੇ ਕੋਈ ਚੰਗਾ ਸੁਨੇਹਾ ਮਿਲੂਗਾ, ਮਾਂ ਪਿਓ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਨਗੀਆਂ, ਸਲੂਟ ਸਰਦਾਰ ਜੀ। ਅਤੇ ਇੱਕ ਹੋਰ ਕਮੈਂਟ ਆਇਆ, ਰਮਿੰਦਰ ਸਿੰਘ ਆਂਵਲਾ ਦੀ ਮੋਸਟ ਰਿਚੈਸਟ MLA ਇਨ ਦੀ ਪੰਜਾਬ ਅਸੈਂਬਲੀ। ਇੱਕ ਹੋਰ ਵੀਰ ਨੇ ਕਮੈਂਟ ਕੀਤਾ ਜਿਸ ਵਿੱਚ ਉਸਨੇ ਲਿਖਿਆ, ਰਮਿੰਦਰ ਸਿੰਘ ਆਂਵਲਾ MLA ਜਲਾਲਾਬਾਦ ਸੋਨੇ ਦੇ ਦਿਲ ਵਾਲਾ ਇਨਸਾਨ, ਜੇਕਰ ਬਾਕੀ ਦੇ 116 ਵੀ ਇਹੋ ਜਿਹੇ ਹੋ ਜਾਣ ਤਾਂ ਪੰਜਾਬ ਦਾ ਭਵਿੱਖ ਸੰਵਰ ਜਾਵੇ। ਹੋਰ ਵੀ ਬਹੁਤ ਸਾਰੇ ਕਮੈਂਟ ਆਏ ਆ। ਇੱਕ ਹੋਰ ਵੀਰ ਲਿਖਦੇ ਆ ਕਿ ਬਹੁਤ ਕੰਮ ਕੀਤੇ ਆ ਜਲਾਲਾਬਾਦ ਇਸਨੇ, ਮੇਨ ਪ੍ਰੋਬਲਮ ਵਾਟਰ ਸਪਲਾਈ ਦੀ ਸੀ ਖੇਤਾਂ ਨੂੰ, ਉਸਨੂੰ ਆਪਦੇ ਪੈਸੇ ਲਾ ਕੇ 22 ਕਿਲੋਮੀਟਰ ਵਾਟਰ ਪਾਈਪ ਪਵਾ ਦਿੱਤੀ ਆ ਲੋਕਾਂ ਨੂੰ ਤਾਂ ਕਿ ਫਸਲ ਵਧੀਆ ਹੋ ਸਕੇ। ਸੋ ਬਹੁਤ ਸਾਰੇ ਕਮੈਂਟ ਆਏ, ਜੇਕਰ ਆਪਾਂ ਕਮੈਂਟ ਪੜ੍ਹਨ ਲੱਗੀਏ ਤਾਂ ਲਿਸਟ ਬਹੁਤ ਲੰਬੀ ਹੈ ਕਮੈਂਟਾਂ ਦੀ, ਸੋ ਵੀਡੀਓ ਬਹੁਤ ਲੰਬੀ ਹੋ ਜਾਣੀ ਆ। ਸੋ ਦੋਸਤੋ, ਕਿਸੇ ਵੀ ਪਾਰਟੀ ਦਾ ਲੀਡਰ ਹੋਵੇ, ਕਿਸੇ ਵੀ ਪਾਰਟੀ ਦਾ MLA ਹੋਵੇ, ਗੱਲ ਪਾਰਟੀ ਦੀ ਨਹੀਂ, ਜੋ ਚੰਗਾ ਇਨਸਾਨ ਆ ਉਸਦੀ ਜ਼ਰੂਰ ਆਪਾਂ ਨੂੰ ਵਾਹਵਾ ਕਰਨੀ ਚਾਹੀਦੀ ਆ। ਸੋ ਸਾਨੂੰ ਵੀ ਇਹ ਵੀਡੀਓ ਵੇਖ ਕੇ ਵਧੀਆ ਲੱਗੀ। ਹੋਰ ਵੀ ਜੋ ਇਸ ਤਰ੍ਹਾਂ ਦੇ ਪੋਲੀਟਿਕਸ ਦੇ ਬੰਦੇ ਆ, ਪੋਲੀਟੀਸ਼ਨ ਆ, ਉਹਨਾਂ ਨੂੰ ਚੰਗੇ ਕੰਮ ਜ਼ਰੂਰ ਕਰਨੇ ਚਾਹੀਦੇ ਤਾਂ ਜੋ ਸਮਾਜ ਨੂੰ ਚੰਗੀ ਸੇਧ ਮਿਲੇ, ਅਤੇ ਜੋ ਲੋੜਵੰਦ ਬੰਦਿਆਂ ਦੀ ਮਦਦ ਕੀਤੀ ਜਾਵੇ, ਤਾਂ ਜੋ ਸਾਡੇ ਜਿਹੜੇ ਨੌਜਵਾਨ ਅੱਜ ਕੱਲ੍ਹ ਵਿਦੇਸ਼ਾਂ ਨੂੰ ਜਾ ਰਹੇ ਆ ਸਿਸਟਮ ਤੋਂ ਦੁਖੀ ਹੋ ਕੇ, ਉਹਨਾਂ ਨੂੰ ਵਿਦੇਸ਼ਾਂ 'ਚ ਨਾ ਜਾਣਾ ਪਵੇ, ਇੱਥੇ ਹੀ ਚੰਗੇ ਰੋਜ਼ਗਾਰ ਮਿਲਣ, ਸਾਡੇ ਬੱਚੇ ਪੜ੍ਹ ਸਕਣ। ਸੋ ਵੀਰ ਨੂੰ ਅਸੀਂ ਵੀ ਆਪਣੇ ਚੈਨਲ ਵੱਲੋਂ ਸਲਾਮ ਕਰਦੇ ਹਾਂ, ਜਿਨ੍ਹਾਂ ਨੇ ਵਧੀਆ ਕੰਮ ਕੀਤਾ, ਇੱਕ ਬੱਚੀ ਦੀ ਮਦਦ ਕੀਤੀ, ਉਸਦਾ ਚੰਗਾ ਭਵਿੱਖ ਬਣਨ ਵਿੱਚ ਉਸ ਨੂੰ ਸਹਾਰਾ ਦਿੱਤਾ। ਸੋ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਹਮੇਸ਼ਾ ਉਹ ਖੁਸ਼ ਰਹਿਣ। ਸੋ ਦੋਸਤੋ, ਤੁਸੀਂ ਇਸ ਵੀਡੀਓ ਹੇਠ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ, ਤਾਂ ਜੋ ਵੀਰ ਨੇ ਕਾਰਜ ਕੀਤਾ, ਵਧੀਆ ਕੰਮ ਕੀਤਾ, ਉਸ ਬਾਰੇ ਤੁਹਾਡੇ ਕੀ ਵਿਚਾਰ ਆ, ਤੁਸੀਂ ਉਹ ਵੀ ਜ਼ਰੂਰ ਦੱਸਿਓ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ, ਬਾਈ ਦਾ ਕੰਮ ਚੰਗਾ ਲੱਗਿਆ, ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਹੋਰ ਵੀ ਜੋ ਲੀਡਰ ਆ ਇਸ ਵੀਡੀਓ ਨੂੰ ਦੇਖ ਕੇ ਚੰਗੀ ਸੇਧ ਲੈ ਸਕਣ। ਸੋ ਦੋਸਤੋ, ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ, ਅਤੇ ਤੁਸੀਂ ਜੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ, ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ, ਇੰਨੇ ਸ਼ਬਦਾਂ ਨਾਲ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।